ਅਸਲਾਮੁਅਲੈਕੁਮ ਨਾਜ਼ਰੀਨ, ਮੈਂ ਤੁਹਾਡਾ ਵੀਰ ਸ਼ਾਹਦੇਵ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ। ਪੰਜਾਬੀ ਲੋਕ ਦੇ ਸਾਰੇ ਦੋਸਤਾਂ ਵੀਰਾਂ ਨੂੰ ਖੁਸ਼ ਆਮਦੀਦ ਕਰਦੇ ਹਾਂ। ਅੱਜ ਅਸੀਂ ਮੌਜੂਦ ਹਾਂ ਨਿਜ਼ਾਮਪੁਰਾ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਸਾਹਿਬ। ਅੱਜ ਇੱਥੇ ਦੇ ਬਜ਼ੁਰਗਾਂ ਕੋਲ ਇਹਨਾਂ ਦੇ ਬਚਪਨ ਦੀ ਆਪਬੀਤੀ ਪੁੱਛਾਂਗੇ, ਕਿਸ ਤਰ੍ਹਾਂ ਉੱਧਰੋਂ ਇੱਧਰ ਹਿਜਰਤ ਕਰਕੇ ਆਏ, ਕਿਸ ਤਰ੍ਹਾਂ ਇਹਨਾਂ ਦਾ ਬਚਪਨ ਗੁਜ਼ਰਿਆ। ਚੱਲਦੇ ਹਾਂ ਬਾਬਾ ਜੀ ਤੇਰੇ। ਅਸਲਾਮੁਅਲੈਕੁਮ ਬਾਬਾ ਜੀ। ਵਾਲੇਕੁਮ। ਕੀ ਹਾਲ ਚਾਲ ਜੀ ਬਾਬਾ ਜੀ? ਕੀ ਹਾਲ ਚਾਲ ਜੇ? ਬੜਾ ਚੰਗਾ ਵਾ। ਨਾਮ ਕੀ ਜੇ ਤੁਹਾਡਾ? ਨਾਮ ਤਾਂ ਮੇਰਾ ਅਲੀ ਮੌਜੂਆ। ਵੈਸੇ ਉੱਥੇ ਕਹਿੰਦੇ ਮੈਨੂੰ ਕਾਕਾ ਹੁੰਦੇ। ਕਾਕਾ? ਹਾਂ। ਨਾਮ ਅਲੀ ਮੁਹੰਮਦ? ਵਾਲਦ ਸਾਹਿਬ ਦਾ ਨਾਮ ਕੀ ਜੀ? ਸ਼ੇਰ ਮੁਹੰਮਦ। ਸ਼ੇਰ ਮੁਹੰਮਦ? ਹਾਂ। ਹਯਾਤ ਨੇ ਵਾਲਦ ਸਾਹਿਬ? ਨਹੀਂ, ਉਹ ਗੁਜ਼ਰ ਗਏ। ਹੋਇਆ ਮਾਈ ਦਾਦਾ ਜੀ? ਮਾਈ ਵੀ ਅਤੇ ਬਾਪ ਦੋਵੇਂ ਇੱਧਰ ਆ ਕੇ ਗੁਜ਼ਰ ਗਏ। ਦਾਦਾ ਜੀ ਦਾ ਨਾਮ ਕੀ ਸੀ? ਅਬਦੁੱਲਾ। ਅਬਦੁੱਲਾ? ਹਾਂ। ਅੱਛਾ, ਉੱਧਰੋਂ ਆਇਆ ਜੀ ਬਾਬਾ ਜੀ ਤੁਸੀਂ? ਉੱਧਰੋਂ ਅਸੀਂ ਸਿੱਧੇ ਕਰਾਂ ਬਾਗਾਂ ਦੇ ਵਾਲੇ ਗੱਡੇ ਜੋਲੇ ਆ, ਡੰਗਰ ਹੇਕਲੇ ਆ। ਉੱਧਰ ਕਿਹੜੇ ਪਿੰਡ ਰਹਿੰਦੇ ਸੀ ਤੁਸੀਂ? ਕਲਾਨੌਰ ਦੱਸਣ ਡਿਆ ਤੈਨੂੰ, ਸ਼ਹਿਰ ਦੇ ਵਿੱਚ ਕਲਾਨੌਰ। ਕਲਾਨੌਰ? ਹਾਂ। ਅੱਛਾ, ਲਾਗੇ ਛਾਗੇ ਪਿੰਡਾਂ ਦੇ ਨਾਮ ਪਤਾ ਜੀ ਉੱਥੇ? ਆਹੋ। ਕਿਹੜੇ ਕਿਹੜੇ ਸੀ? ਖਦਰਾਂ। ਖਦਰਾਂ? ਮਾਲਪੁਰ। ਮਾਲਪੁਰ? ਪਕੀਵਾਂ। ਪਕੀਵਾਂ? ਹਾਂ। ਅੱਛਾ, ਬਖਸ਼ੀ ਵਾਲੇ ਜੱਟ ਆ ਇੱਥੇ ਬੈਠੇ ਨੇ ਜਿਹੜੇ। ਅੱਛਾ। ਸਾਡੇ ਗੁਆਂਢੀ ਸੀ ਉੱਥੇ। ਅੱਛਾ। ਇਹਨਾਂ ਚੋਂ ਸਕੂਲੇ ਪੜ੍ਹਾਉਂਦੇ ਸੀ ਉੱਥੇ। ਅੱਛਾ, ਉੱਥੇ ਲਾਗੇ ਛਾਗੇ ਤੁਹਾਡੇ ਪਿੰਡਾਂ ਦੇ ਵਿੱਚ ਸਾਰੇ ਮੁਸਲਮਾਨ ਹੀ ਸੀ, ਕੋਈ ਸਿੱਖ ਸੁੱਖ ਖੱਤਰੀ ਖੁਤਰੀ ਵੀ ਸੀ? ਪਿੰਡਾਂ ਵਿੱਚ ਖੱਤਰੀ ਸੀ। ਆ ਕਿਹੜਾ ਮੋਟਰਸਾਈਕਲ ਵਾਲਾ? ਤੁਹਾਡੇ ਪਿੰਡ 'ਚ ਸਾਰੇ ਮੁਸਲਮਾਨ ਰਹਿੰਦੇ ਸੀ? ਦੋ ਘਰ ਸੀ ਸਿੱਖਾਂ ਦੇ। ਅੱਛਾ। ਇੱਕ ਤੇ ਗੱਡਿਆਂ 'ਚ ਨੀ ਜੋੜੀਆਂ ਲੱਕੜ ਦੀਆਂ ਬਾਂਝੀਆਂ ਹੁੰਦੀਆਂ ਸੀ, ਹਾਂਜੀ, ਉਹ ਠੋਕ ਕੇ ਤੇ ਗੱਡੇ ਜੋੜਦਾ ਹੁੰਦਾ ਸੀ। ਅੱਛਾ। ਇੱਕ ਕੋਲ ਲੁਹਾਰਾ ਕੰਮ ਕਰਦਾ ਹੁੰਦਾ, ਦਾਤੀਆਂ ਵੇਚਣ ਦੇ, ਖੁੜੀਆਂ ਡੰਗਰਾਂ ਨੂੰ ਖੁੜੀਆਂ ਲਾ ਦੇ। ਅੱਛਾ। ਉਹ ਵੀ ਉੱਥੇ ਆਣ ਕੇ ਬੈਠੇ ਸੀ ਕਲਾ ਨੂੰ, ਅਤੇ ਉੱਪਰ ਸ਼ਾਹਪੁਰੋਂ ਉੱਠ ਕੇ ਆਏ ਸੀ। ਅੱਛਾ। ਦੋਵੇਂ ਘਰ, ਉਹਨਾਂ 'ਚੋਂ ਇੱਕ ਮੁੰਡਾ ਬਲੰਤ ਉਹਦੇ ਨਾਂ ਸੀ, ਅਤੇ ਉੱਥੇ ਕਸਾਈ ਗੋਸ਼ ਮੋਟੇ ਦਾ ਸਮੇਂ ਕਰਕੇ ਰਹਿਣੇ, ਅਤੇ ਫਰਸ਼ ਬਣਾਏ ਦੇ, ਫਰਸ਼ਾਂ ਦੇ ਸੁੱਟ ਦਿੰਦੇ ਹੁੰਦੇ ਸੀ। ਅੱਛਾ। ਜਿਹੜੇ ਆਬੂ ਜੀ ਸੁੱਕ ਜਾਣ ਤਾਂ ਫਿਰ ਗੱਡੀਆਂ ਨੇ ਲੱਦ ਕੇ ਅਤੇ ਡੇਰੇ ਬਾਬੇ ਨਾਨਕ ਸਟੇਸ਼ਨ ਦੇ ਢੇਰੀ ਕਰ ਦੇਣਾ ਆਣ ਕੇ, ਉੱਥੋਂ ਫਿਰ ਉਹਨਾਂ ਨੇ ਚੁੱਕ ਕੇ ਅਤੇ ਡੱਬਿਆਂ 'ਚ ਪਾ ਕੇ ਅਤੇ ਪਹਿਲਾਂ ਅੰਮ੍ਰਿਤਸਰ ਨੂੰ ਜਾਂਦਾ ਹੁੰਦਾ ਸੀ। ਪੜ੍ਹੇ ਜੇ ਤੁਸੀਂ? ਪੜ੍ਹੇ ਜੇ? ਦੂਸਰੀ ਜਮਾਤ 'ਚੋਂ ਤੀਸਰੀ ਜਮਾਤ ਲੱਠ ਗਿਆ। ਅੱਛਾ। ਬੜਾ ਜ਼ੋਰ ਲਾਉਂਦਾ ਸੀ ਪੜ੍ਹ ਪੜ੍ਹ ਪੜ੍ਹ। ਦਿਲ ਨਹੀਂ ਕੀਤਾ? ਦਿਲ ਹੀ ਨਹੀਂ ਕੀਤਾ ਪੜ੍ਹਨ। ਅੱਛਾ। ਬਚਪਨ 'ਚ ਕੋਈ ਖੇਡ ਖੇਡੀ ਜੇ? ਬਚਪਨ 'ਚ ਇਹ ਮਈਆਂ, ਤਿੰਨ ਮਈਆਂ ਸੀ, ਦੋ ਗਾਈਆਂ ਸੀ, ਇੱਕ ਮਈ ਮੇਰੇ ਸਹੁਰਿਆਂ ਦੀ ਸੀ, ਵਿਆਹ ਮੇਰਾ ਉੱਥੇ ਹੋਇਆ ਸੀ। ਕਿੱਥੇ? ਕਲਾਨੌਰ। ਉੱਥੇ ਪਿੰਡ 'ਚ ਹੀ? ਨਹੀਂ, ਧਾਰੀਵਾਲ ਮਸ਼ਹੂਰ ਕਾਰਖਾਨਾ। ਅੱਛਾ। ਉਹਦੇ ਧਾਰੀਵਾਲ ਦੇ ਕਾਰਖਾਨੇ ਦੇ ਲਾਗੇ ਲੇਲਾ ਪਿੰਡ ਸੀ। ਅੱਛਾ। ਉੱਥੇ ਉਹਨਾਂ ਬਹਿ ਦਿੱਤੀ ਅਤੇ ਆਖਣ ਲੱਗੇ ਵੀ ਬਹਿ ਤੋਂ ਲੱਗ ਗਈ ਹੱਥ ਕਲਾ ਦਿੰਦੇ। ਉਹ ਮੇਰਾ ਬਾਪ ਕਹਿਣ ਲੱਗਿਆ ਕਲਾ ਦਿਓ। ਅੱਛਾ। ਸਾਡੇ ਨਾਲ ਬੰਦਾ ਚਾਚਾ ਹੀ ਲੱਗਦਾ ਦੂਰੋਂ ਨੀਰੋਂ, ਉਹ ਕਹਿਣ ਲੱਗਾ ਤੇਰੀ ਮੱਤ ਮਾਰੀ ਹੈ, ਇਹ ਮੈਂ ਹੀ ਲੈ ਕੇ ਗਿਆ, ਇਹਨੂੰ ਕੋਈ ਜੋੜਾ ਕੱਪੜੇ ਦਾ ਦੇਵਾਂਗੇ, ਇਹਨੂੰ ਕੋਈ ਪੈਸੇ ਧੇਲਾ ਦੇਵਾਂਗੇ, ਖਾਣ ਨੂੰ ਚੰਗਾ ਦੇਵਾਂਗੇ, ਅਤੇ ਗੱਡੇ 'ਚ ਆ ਗਏ ਆ, ਗੱਡਿਆਂ ਮਗਰ ਮੈਂ ਬੰਨ ਲੈਣੇ ਢੱਗੇ ਹੌਲੀ ਹੌਲੀ ਜਾਂਦੇ। ਦੋ ਗੱਡੇ ਸੀ, ਇੱਕ ਟਾਂਗਾ ਸੀ ਜਲਦਰਾਂ ਖੜਿਆ ਹੋਇਆ, ਉਹ ਚਾਰ ਪੰਜ ਬੰਦੇ ਟਾਂਗੇ ਵਜੀਏ ਅਤੇ ਬਾਕੀ 20 ਕੁ ਬੰਦੇ ਗੱਡਿਆਂ 'ਤੇ ਜਾਂਦੇ ਸੀ। ਵਾਹਿਗੁਰੂ ਕਰਦੇ ਰਹੇ ਜੀ। ਵਾਹਿਗੁਰੂ ਜੀ ਕਰਦੇ। ਕਿੰਨੀਆਂ ਪੈਲੀਆਂ ਸੀ ਆਪਣੀਆਂ? ਉੱਥੇ ਤਾਂ ਬਥੇਰੀਆਂ ਸੀ। ਕਿੰਨੀਆਂ ਕੁ ਕੋਈ ਯਾਦ ਨੇ? ਆਹੋ, ਉੱਥੇ ਹੈਗੀਆਂ ਸੀ 25-30 ਪੈਲੀਆਂ। ਮਾਸ਼ਾ ਅੱਲਾ। ਅੱਧੀਆਂ 'ਤੇ ਪਾਣੀ ਲੱਗਦਾ ਸੀ, ਅੱਧੀਆਂ ਮਾਰੂ ਸੀ। ਅੱਛਾ। ਹਾਂ, ਆਪ ਹੀ ਕੀਤੀ ਜਾ ਵਾਹਿਗੁਰੂ ਜੀ? ਆਪ ਹੀ। ਸਹੀ। ਕੋਈ ਹੋਰ ਕੰਮ ਵੀ ਕੀਤਾ ਜੀ ਆਪਣੀ ਜਵਾਨੀ 'ਚ? ਅਤੇ ਵਾਹਿਗੁਰੂ ਜੀ ਬਸ। ਵਾਹਿਗੁਰੂ ਜੀ ਜਾਂ ਪਹਾੜਾਂ ਖੱਤਰੀਆਂ ਨੇ ਅੰਮ੍ਰਿਤਸਰੋਂ ਖੰਡ ਲੱਥਣੀ, ਉਹ ਗੱਡਿਆਂ 'ਚ ਪਾ, ਉਹ ਟੇਸ਼ਨ ਡੱਬਿਆਂ 'ਚ ਪਾ ਕੇ ਡੇਰੇ ਆਉਣੀ, ਉੱਥੋਂ ਗੱਡੇ ਖੜਨੇ ਅਤੇ ਗੱਡਿਆਂ 'ਤੇ ਲੱਦ ਕੇ, ਕਿਸੇ ਨੇ 12 ਬੋਰੀ ਲੱਦ ਲਈਆਂ, ਕਿਸੇ ਨੇ 13 ਲੱਦ ਲਈਆਂ, ਉਹ ਲਿਆ ਕੇ ਉੱਥੇ ਖੱਤਰੀਆਂ ਲੈਣੀਆਂ,
खतरियां ने तीन बंदे देने गड्डियां ते ध्यान रखे कितने बोरिया नु खाना कड़ना। अच्छा ते बंदे साडे जेड़े सी गिज्जे दे बंबू बनाए दे सी बोरी च बंबू मारना थले सभा बचा लेना बोरी नु पाड़ के ते उसे सराख कड़ के थले सभा बचा लेना जाने पर शेर को गई है ते फिर बंबू खिंच लेना सभा बन के रख लेना। अच्छा उन्हें रखा कहना चोरी जायज करो नजायज ना करो सही जायज करो जायज करो वो राखे होंगे सी। अच्छा इतने फिर शहर च आम के गड्ढे खड़े हार देने तो साढ़े बंदे गलवंडी गए पे खंड लेके आना बंदिया ने उन्हें गलवंडी जाना वो जो कड़ी जी होती खंड तप्पड़ होंदा सी पट्ठे वाला वो साफा वो चले बैठ के सड़को लांधे सुट देना उन्हें चुक के लै जाना वो खंड खतरी लिया होंदे सी। आहो खतरी लिया होंदे सी। अच्छा अच्छा तो पिंड वाले कढ़ लैंदे सी असी कढ़दे सां जिन्ना उस लद के लियाउणी आ। बचपन दे विच कोई याद सज्जन है सी कोई सिख सुख तुहाडा कोई खतरी खुतरी खतरी तो सारे मैं जाणू खतरी दा मुंडा सी मेरे नाल पढ़दा असी चार मुंडे पढ़दे होंदे सां। नाम की सी ओहदा याद किहदा खतरी दे मुंडे प्रेम प्रेम आहो ओह धरना पढ़दा सी आहो ओह ओह सेटा जे मास्टर उत्थे बैठा लगाना सवाल तो सेटा मुंडियां मार देनियां उन्हें फट के वेख के जरा गलत होना वो ठीक कर देना उन्हें ये खतरा है जे मैं तो गलती जानता तो इन्हें मैं फड़काना। अच्छा कला सी इसलिए सही तो वो उन्हें सिद्धे कर देने। अच्छा तो जो पाकिस्तान बनया कोई एकदम ऐलान होया किस तरह तुम्हें पता चलिया उस तो इधर आना वा पता इदा ही चलिया सू पता लगा भी जी ये पाकिस्तान नहीं बनया हिंदुस्तान से जाना पैना। अच्छा दुनिया का हाथ ही तुर पी कुछ तो जो सिखा पिंड च बस ही बंदे। अच्छा वो जरा हाथ ही निकल गए ਤੁਸੀਂ ਕਦੋਂ ਨਿਕਲੇ ਉਥੋਂ? ਅਸੀਂ ਨਿਕਲੇ ਵਾਂਗ ਮਿਲੀ ਆ ਤੇ ਗੱਡੇ ਚੋਲੇ ਆ। ਗੱਡੇ ਤੇ? ਆਹੋ ਗੱਡੇ ਤੇ। ਅੱਛਾ ਕਿੰਨੇ ਬੰਦੇ ਆਏ ਤੁਸੀਂ ਉਧਰੋਂ ਇਕੱਠੇ? ਘਰ ਦੇ ਸਾਰੇ? ਘਰ ਦੇ ਸਾਰੇ ਬੰਦੇ ਸੀ ਆਏ। ਕੋ ਸਮਾਨ ਸਮੂਨ ਲੈ ਕੇ ਆਂਦਾ ਨਾ? ਸਮਾਨ ਆਪਣੀਆਂ ਦੋ ਪੇਟੀਆਂ ਤੇ ਮਾਨਕ ਚੌਲ ਸੀ। ਅੱਛਾ ਉਹ ਵੀ ਪਾ ਕੇ ਰੱਖ ਲਏ। ਫਿਰ ਇਹ ਕਿ ਲਾਰੀ ਹੁੰਦਾ ਸੀ ਕੱਪੜੇ ਰੰਗਣ ਵਾਲਾ ਅੰਬਰਸਰ। ਅੱਛਾ ਉਹ ਆ ਗਿਆ ਕਹਿਣ ਲੱਗਾ ਮੇਰੇ ਕੋਲ ਪੰਜ ਮਸ਼ੀਨਾਂ ਨੇ ਕੱਪੜੇ ਸਿਲਾਏ ਨਵੀਆਂ ਮੇਰੀ ਆ ਮਾਵਾਂ ਦੇ ਗੱਲ ਚ ਤੇ ਹਜੀ ਸਮਝਦੀਆਂ ਸੀ ਇਹਨੂੰ ਬਾਹਰ ਲੱਗੇ ਤੇ ਤੇਰੀ ਮਾਂ ਦੇ ਲਾਗੇ ਬੈਠੀ ਡੁੱਬੀ ਹੈ ਤੇ ਉੱਥੇ ਜਾ ਕੇ ਨਾਰੋਵਾਲ ਤੇ ਮਸ਼ੀਨਾਂ ਅੱਧ ਲੈ ਲਈ ਮੈਂ ਕਿਹਾ ਜਾ ਲਿਆ ਚੁੱਕ ਕੇ ਤਾਂ ਉਹਨੇ ਕਿਹਾ ਲਾਇਓ ਨਾਲ ਅੱਧੀਆਂ ਤੁਸੀਂ ਰੱਖ ਲੈਣਾ ਸਹੀ ਮੈਂ ਜਾ ਲਿਆ ਚੁੱਕ ਕੇ ਆਪ ਹੀ ਨਾਲ ਆਇਆ ਆਪ ਨਾਲ ਆਪ ਉਹਨਾਂ ਪਿਓ ਪੁੱਤਾਂ ਮੈਂ ਹੀ ਇਕਲੇ ਸੀ ਮੈਂ ਹੀ ਇਹ ਕਰਨਾ ਤੋਂ ਉਹ ਨਾ ਮੈਂ ਹੀ ਇਕਲੇ ਸੀ ਉੱਥੇ ਬਸ ਨਾਰੋਵਾਲ ਆਣ ਕੇ ਫਿਰ ਅਸੀਂ ਜਿਹੜੇ ਸਾਡਾ ਬਾਪ ਕਹਿਣ ਲੱਗਾ ਤੁਸਾਂ ਚਾ ਮੈਂ ਤਿੰਨ ਰੱਖ ਕੇ ਕੀ ਕਰਨੀਆਂ ਨੇ ਛੇ ਮਸ਼ੀਨਾਂ ਸੀ ਆਹੋ ਕੀ ਕਰਨੀਆਂ ਰੱਖ ਕੇ ਉਹ ਗਰੀਬ ਬੰਦਾ ਦਿਓ ਮੇਰੇ ਜੀ ਜਿਹੜੇ ਸੀ ਟੱਬਰ ਮੇਰਾ ਉਹ ਮਾੜੀ ਮੋਟੀ ਜਾਂਦਾ ਸੀ ਚਲੋ ਇੱਕ ਤੁਸੀਂ ਇੱਕ ਰੱਖ ਲਓ ਇੱਕ ਰੱਖ ਲਈ ਬਾਕੀ ਫਿਰ ਸਾਰੀਆਂ ਚੁੱਕ ਕੇ ਤੁਰ ਲਾਏ ਰਾਸਤੇ 'ਚ ਆਉਂਦਿਆਂ ਕਿਸੇ ਨੇ ਡੱਕਿਆ ਡੁੱਕਿਆ ਨਹੀਂ ਤੁਹਾਨੂੰ ਡੇਰੇ ਤੋਂ ਇੰਨੇ ਘੱਟ ਸਾਧਾਂ ਵਾਲੀ ਪਿੰਡ ਵਾ ਡੇਰੇ ਹੁਣ ਇੰਨਾ ਘੱਟਵਾਂ ਜਿੰਨੀ ਕੁ 82 ਆ। ਅੱਛਾ ਉੱਥੇ ਸੜਕ ਦੇ ਉੱਤੇ ਆਣ ਕੇ ਸਿੱਖ ਖਲੋਤੇ ਹੋਏ ਅਤੇ ਸਾਡੇ ਬੰਦਿਆਂ ਕੋਲ ਦੋ ਕੋਲ ਸੀ ਦੋ ਇੱਕ ਕੋਲ ਬੰਦੂਕਾਂ ਅਤੇ ਸੀ ਦੋ ਕੋਲ ਸੀ ਇੱਕ ਉਹ ਨਾਲ ਨਾਲ ਲਾਉਂਦੇ ਸੀ ਉਹ ਜਦੋਂ ਦੇਖੇ ਸਿੱਖ ਖੜ੍ਹੇ ਅਤੇ ਉਹਨਾਂ ਕਿਹਾ ਕੀ ਗੱਲ ਤੁਸੀਂ ਖੜ੍ਹੇ ਇੱਥੇ ਅਸੀਂ ਗੱਡਿਆਂ ਪਿੱਛੇ ਗੱਡੇ ਪਿਛਾਂ ਮੋੜ ਜਾਂ ਉਹਨੇ ਕਿਹਾ ਨਹੀਂ ਜੀ ਮੈਂ ਜੀ ਅਸੀਂ ਤੁਹਾਨੂੰ ਮਿਲਣ ਆਏ ਹਾਂ ਤੁਹਾਡੇ ਨਾਲ ਸੁਲਾਹ ਕਰਨ ਆਏ ਹਾਂ ਪਤਾ ਨਹੀਂ ਕਿ ਮੁੜ ਕੇ ਮੇਲ ਹੋਣੇ ਆ ਕਿ ਨਹੀਂ ਹੋਣੇ ਤੁਹਾਡੇ ਢੱਗੇ ਉੱਥੇ ਪਿੰਡ ਦਾ ਪਾਣੀ ਜੀ ਕੋਈ ਸਾਡਾ ਨਿਕਲਦਾ ਇੱਦਾਂ ਨਿਕਲ ਕੇ ਸੜਕ 'ਚ ਪੈਂਦਾ ਹੁੰਦਾ ਸੀ ਸੜਕ 'ਚ ਪਾਣੀ ਖੜਾ ਖੋਬਾ ਬੜਾ ਅਸੀਂ ਤੁਹਾਡੇ ਢੱਗਿਆਂ ਦਾ ਜ਼ੋਰ ਵੇਖਣਾ ਅੱਗੇ ਵੇਖਦੇ ਰਹੇ ਜ਼ੋਰ ਵੇਖਣਾ ਅਸੀਂ ਬਾਕੀ ਗੱਡੇ 5-7-10 ਜਿਹੜੇ ਹੁਣ ਖਲਿਆਰਦੇ ਨੇ ਇੱਕ ਨੂੰ ਸੁੱਟਣਾ ਪਾਣੀ 'ਚ ਜੋ ਨਿਕਲ ਗਿਆ ਤਾਂ ਫਿਰ ਦੂਜਾ ਏਦਾਂ ਉੱਥੇ ਲੰਘੇ ਸਾਂ ਉੱਥੋਂ ਮਤਲਬ ਉਹਨੇ ਕਿਹਾ ਕੁਛ ਨਹੀਂ ਤੁਹਾਨੂੰ ਕਿਹਾ ਸਾਨੂੰ ਕੁਝ ਨਹੀਂ ਥਾਣੇ ਦੇ ਵਿੱਚ ਸਾਡੇ ਸ਼ਹਿਰ ਦਾ ਉੱਪਰ ਹੈਗਾ
खतरियां दा मुंडा इक लगा है। अच्छा, जेल पता लगा तो अगल मंडी आया नठ गया। उन्होंने क्या थानेदार गड्ढा डक के सोटा कोई नहीं जिंदा सोटे लगा लो। अच्छा, ये कितने लगाई है? फिर को गड्ढे दे थले तुरनिया को समान दे थले तुरनिया। उन्हें सारा समान नंगा दिता। दो को गड्ढे ढके माड़े थी ना, उन्होंने कह बने जी वो नहीं रहे लंघ सके। वो फिर मर गए, समान भी सेख लिया गए। इधर तुसी फिर पहले केड़े पिंड आए? नारोवाल दसन दिया। नारोवाल? हाँ। अच्छा, पहले तुसी नारोवाल आए, किन्नी देर उथे रहे? उथे रहे अजी 8 दिन। 8 दिन दुकान जड़ी भननी है सा। दो बंदे बैदा उत्ते बैठे रहना, कहना सानू नहीं डकना तो क्यों भनदी हो, कहना चुक लो तो भाग जो। चुक के किसी अंदर मूंगफली दी बोरियां लगी हैं, किसी अंदर दालों दी बोरियां लगी हैं। उतों को मूंगफली चुकी, कोई दालों की बोरी चुक ली, जो कुछ हाथ लगा चुक। अच्छा, वो खाली सी दुकान है, उतों सिख पहले रहंदे सी उत्थे? हां, सिख चल गया। तो अगां अगां नहीं लाके गए अपने उत्थे? हां, अगां नहीं लाए। एक अंदर च अग लगी थी कणक दी। अच्छा, कणक होनी है कि डूर किसमला। धुआं माड़ा माड़ा निकलता थले सड़ गई हुई। अच्छा, उतों असं मगलिया पाइया लिया के डंगर गड़ी खिला दी। उस तो बाद केड़े पिंड आए? उस तो पिंड ही आए हैं सियालकोट। अच्छा, उस तो बाद शहर सियालकोट चल गए? सियालकोट जाने गड्डे डक ले। उन्हें कहो तुसी भी राई थी, असी भी राई। तो जमीन गड्डी कहना डकी उन्होंने सियालकोट या पिंड वाले? अच्छा, पिंड साथों कटा लिया सानू डंगर जो मुल जड़ा देना अभी थोड़ी रोटी पकानी है। अच्छा, मेरे को कट्टा सी है कि मैं क्या कट्टा ला जाओ। ढेर लगे मिट्टी के दिन फिर अस गड्डे जोड़े। फिर बस सियालकोट निजामपुरा देवा सिंह वाला। देवा सिंह वाला। अच्छा, तुसी किन्नी देर च उथों फिर इंडिया चो इधर किन्नी देर? एक महीना दो महीने? नहीं नहीं, नारोवाल ज्यों चलिया 8-10 दिन इत्थे आ गए। इत्थे नारोवाल किन्नी देर च पहुंचे उधरों? इधर 4 दिन? 4 दिन 9 ते 8 दिन 12 दिन? 12 दिन। तुसी इत्थे आ? हां, साडे बंदे कहण ते जाणा लालपुर वा। उथे आण के सुन लिया पर नहीं जी, किला जमीन का दिन दी है गवर्नमेंट। अच्छा, सा एक सगा मासड सी वो भी उसे करा और दो भैन कट्ठिया सी। वो पढ़िया लिखिया सी। अच्छा, उन्हें क्या शेखूपुर में जाना सवेरे तो अपने मतलब बंदे गिन लो। उन्होंने बंदे का मैं पटन पटन बना लिया, गांह नहीं क्या जान देना। 15 मरबिया का पटन पटन बना के लिया उतो। फिर इतने पटवारी आ गया, चूहे झाड़ का पटवारी सी। अच्छा, वह दखल दिया आया। मेरा प्यो कहने लगा मैनू वो जमीन दई जी पानी के लागे हो। अच्छा, मकान मेरा पक्का ही मैं वो आसान दई। उन्हें कहा तू क्या राई है? तू राई नहीं, राई ना की पानी ना, पानी ना की करेगा जिस मकान पक्के खाएगा चटेगा। चुप भर के जमीन लाला फिर लेके आए। फिर पटवारिया से सर एक भरा साड़ी उस पर टमाने मुंडा आ गया पट्ठे लैके टमाने में बह के खड़े रहे। अच्छा, वो कह नहीं इतने रह पे टमाने रह के कुछ कर लेंगे। एक इतने 82 ब्याह सी वो भी आके मन गया भी मैं 82 रह के ही गुजर कर लेंगे। अच्छा, इस पिंड कितनी जमीन है तुम्हारी? ये पिंड सू 5 जी सी 5 भैलियां पईया।
ਇੱਕ ਜੀ ਨੂੰ ਇੱਕ ਪੈੜੀ ਆਹੋ ਇੱਕ ਕਾਨੂੰਨ ਜੋ ਨਿਕਲ ਗਿਆ ਹੈ ਪੰਜ ਜੀਆਂ ਪੈੜੀਆਂ ਦੇ ਬਦਲੇ ਪੰਜ ਪੈੜੀਆਂ ਲੱਭੀਆਂ ਲਾ ਆਹੋ ਸਹੀ ਤੇ ਉਹ ਫਿਰ ਪੰਜ ਜਿਹੜੀਆਂ ਸੀ ਉਹ ਫਿਰ ਮਾਸੜ ਸਾਡਾ ਗਿਆ ਉਹਨੇ ਜਾ ਕੇ ਜੀ ਲਿਖਾਏ ਉਹ ਇੱਧਰ ਆਵੇ ਦਿਲ ਤੇ ਬੜਾ ਕੀਤਾ ਤੈਨੂੰ ਦੱਸਿਆ ਉੱਥੋਂ ਘੁੰਮਿਆਰ ਸਨ ਮੇਰੇ ਯਾਰ ਉਹ ਅਜੇ ਵੀ ਆਉਂਦੇ ਆ ਮੈਨੂੰ ਇੱਥੇ ਮਿਲ ਕੇ ਜਾਂਦੇ ਉਹਨਾਂ ਦਾ ਵੀਜ਼ਾ ਵੀ ਅਸੀਂ ਲਵਾਉਂਦੇ ਹਾਂ ਖਰਚਾ ਹੀ ਚੁੱਕਦੇ ਆਹੋ ਮੇਰੀਆਂ ਹੁਣ ਲੱਤਾਂ ਨਹੀਂ ਕੰਮ ਕਰਦੀਆਂ ਚੁੱਕ ਕੇ ਮੈਨੂੰ ਰੇੜੀ ਤੇ ਬਹਾਲਣਾ ਜਾਂ ਸਕੂਲ ਤੇ ਬਹਾਲਣਾ ਬਹੁਤ ਚੰਗਾ ਸੀ ਸਹੀ ਤੇ ਅਗਰ ਤੁਹਾਨੂੰ ਤੁਹਾਡਾ ਕੋਈ ਬਚਪਨ ਦੋਸਤ ਦੇਖ ਰਿਹਾ ਹੋਵੇ ਤਾਂ ਕੀ ਪੈਗਾਮ ਉਹਨੂੰ ਦਓਗੇ ਜਬਾਨੀਆਂ ਵਿੱਚ ਇੱਥੇ ਪਟਵਾਰੀ ਲੱਗ ਗਿਆ ਨਨਕਾਣੇ ਨਨਕਾਣੇ ਫਿਰ ਜ਼ਮੀਨ ਸਾਨੂੰ ਪੂਰੀ ਪੈਣ ਲੱਗ ਪਈ।